ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਉੱਪਰ ਸਵਾਗਤ ਹੈ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਹਿਮਦਾਬਾਦ ਦੀ ਇੱਕ ਹੋਰ ਟੂਰਿਸਟ ਪਲੇਸ ਜੋ ਕਿ ਇੱਕ ਦਰਗਾਹ ਹੈ ਉਸਦੇ ਦਰਸ਼ਨ ਕਰਾਂਗੇ। ਇਸ ਦਰਗਾਹ ਦੇ ਵਿੱਚ ਇੱਕ ਪੱਥਰ ਪਿਆ ਜਿਸ ਵਿੱਚ ਬਹੁਤ ਜ਼ਿਆਦਾ ਅਲੌਕਿਕ ਸ਼ਕਤੀਆਂ ਨੇ, ਅਤੇ ਇਸ ਪੱਥਰ ਨੂੰ ਮੰਨਤ ਵਾਲਾ ਪੱਥਰ ਵੀ ਕਿਹਾ ਜਾਂਦਾ ਹੈ। ਆਪਾਂ ਇਸ ਦੇ ਦਰਸ਼ਨ ਕਰਾਂਗੇ, ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਕੋਈ ਕੁਐਸਚਨ ਹੋਵੇ ਜਾਂ ਸੁਜੈਸ਼ਨ ਹੋਵੇ ਤਾਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜੀ। ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਕੁਤਬੇਦੀਨ ਆਲਮ ਜੀ ਦੀ ਦਰਗਾਹ ਦੇ ਉੱਤੇ ਜੀ। ਇਸ ਦਰਗਾਹ ਦੇ ਉੱਤੇ ਪੱਥਰ ਪਿਆ ਆ, ਇੱਕ ਅੱਧਾ ਪੱਥਰ ਤਾਂ ਇਹਨਾਂ ਦੇ ਕਹਿਣ ਅਨੁਸਾਰ ਜੀ ਅੰਗਰੇਜ਼ ਗੋਰੇ ਲੈ ਗਏ ਸੀ ਕੱਟ ਕੇ, ਅਤੇ ਅੱਧਾ ਪੱਥਰ ਇਸ ਜਗ੍ਹਾ ਦੇ ਉੱਤੇ ਪਿਆ ਆ ਜੀ। ਜਿਹੜੀ ਮਾਨਤਾ ਇਹ ਆ ਵੀ ਤੁਸੀਂ ਕੋਈ ਵੀ ਮੰਨਤ ਮੰਗ ਕੇ ਜੇ ਉਸ ਪੱਥਰ ਨੂੰ ਚੱਕਦੇ ਹੋ ਅਤੇ ਜੇ ਉਹ ਮੰਨਤ ਪੂਰੀ ਹੋਣੀ ਆ ਤੁਹਾਡੀ ਤਾਂ ਉਹ ਪੱਥਰ ਚੱਕਿਆ ਜਾਂਦਾ ਆ, ਨਹੀਂ ਤਾਂ ਜੀ ਉਹ ਪੱਥਰ ਚੱਕਿਆ ਹੀ ਨਹੀਂ ਜਾਂਦਾ। ਜਾਣੀ ਆਪਾਂ ਦੇਖਦੇ ਹਾਂ ਚੱਲ ਕੇ ਇਸ ਦਰਗਾਹ ਨੂੰ ਜੀ, ਜਾਣੀ ਕਿਹਾ ਜਾਂਦਾ ਵੀ ਬੱਚੇ ਛੋਟੇ ਛੋਟੇ ਵੀ ਉਸ ਪੱਥਰ ਨੂੰ ਚੱਕ ਦਿੰਦੇ ਨੇ, ਕਈ ਵਾਰ ਵੱਡੇ ਬੰਦਿਆਂ ਤੋਂ ਤਕਰੀਬਨ 50 ਸਾਲ ਵਾਲਿਆਂ ਤੋਂ ਉਹ ਪੱਥਰ ਚੱਕਿਆ ਨਹੀਂ ਜਾਂਦਾ ਜੀ। ਆ ਜਾਓ ਆਪਾਂ ਦੇਖਦੇ ਹਾਂ ਇਸ ਦਰਗਾਹ ਨੂੰ ਜੀ। ਬਣੇ ਰਹੋ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਦੇ ਨਾਲ ਜੀ। ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਲਾਈਕ ਕਰਿਆ ਕਰੋ। ਜੇਕਰ ਤੁਹਾਡਾ ਕੋਈ ਕੁਐਸਚਨ ਹੁੰਦਾ ਆ ਤਾਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜੀ। ਹੁਣ ਆਪਾਂ ਜਿਸ ਦਰਗਾਹ ਦੇ ਦਰਸ਼ਨ ਕਰ ਰਹੇ ਹਾਂ ਇਹ ਅਹਿਮਦਾਬਾਦ ਦੇ ਬਟਵਾ ਇਲਾਕੇ ਵਿੱਚ ਬਣੀ ਹੋਈ ਹੈ। ਲਗਭਗ 500 ਸਾਲ ਤੋਂ ਵੱਧ ਇਸ ਦਰਗਾਹ ਨੂੰ ਬਣੇ ਨੂੰ ਹੋ ਗਏ ਨੇ ਜੀ। ਇਹ ਦਰਗਾਹ ਦੇ ਸਾਹਮਣੇ ਜੀ ਮਾਰਕੀਟ ਬਣੀ ਹੋਈ ਆ, ਫੁੱਲ ਲੈ ਸਕਦੇ ਹੋ, ਨਾਰੀਅਲ ਲੈ ਸਕਦੇ ਹੋ ਇਸ ਜਗ੍ਹਾ ਦੇ ਉੱਤੋਂ ਜੀ। ਇਹ ਦਰਗਾਹ ਦੇ ਵਿੱਚ ਚੜ੍ਹਦੇ ਨੇ ਜੀ, ਇਹ ਫੁੱਲ ਪਏ ਨੇ ਅਤੇ ਇਹ ਨਾਰੀਅਲ ਆ ਜੀ। ਚੱਦਰ ਲੈਣੀ ਆ ਚੱਦਰ ਵੀ ਲੈ ਸਕਦੇ ਹੋ ਤੁਸੀਂ। ਆ ਜਾਓ ਆਪਾਂ ਚੱਲਦੇ ਹਾਂ ਇਸ ਦਰਗਾਹ ਦੇ ਅੰਦਰ ਜੀ, ਦਰਸ਼ਨ ਕਰਦੇ ਹਾਂ ਇਸ ਦਰਗਾਹ ਦੇ ਜੀ ਅੰਦਰ ਤੋਂ। ਇਸ ਜਗ੍ਹਾ ਉਤਾਰ ਸਕਦੇ ਹਾਂ ਆਪਾਂ ਆਪਣਾ ਜੋੜਾ ਜੀ, ਇਸ ਜਗ੍ਹਾ ਜੋੜਾ ਉਤਾਰ ਕੇ ਹੱਥ ਪੈਰ ਚੰਗੀ ਤਰ੍ਹਾਂ ਧੋ ਕੇ ਫਿਰ ਆਪਾਂ ਚੱਲਦੇ ਹਾਂ ਅੰਦਰ ਨੂੰ ਜੀ। ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਕੁਤਬੇ ਆਲਮ ਦਰਗਾਹ ਜੀ ਦੇ ਜੀ, ਜੋ ਕਿ ਅਹਿਮਦਾਬਾਦ ਵਿੱਚ ਬਣੀ ਹੋਈ ਹੈ। ਇਹ ਦਰਗਾਹ ਪੁਰਾਣੇ ਸਮੇਂ ਤੋਂ ਬਣਾਈ ਗਈ ਸੀ ਅਤੇ ਹੁਣ ਵੀ ਜੇਕਰ ਤੁਸੀਂ ਇਹ ਸਟਰਕਚਰ ਦੇਖੋਗੇ ਤਾਂ ਉਸੇ ਤਰ੍ਹਾਂ ਖੜ੍ਹਾ, ਸਾਰੀ ਬਿਲਡਿੰਗ ਇਹ ਪਿਲਰਾਂ ਦੇ ਉੱਪਰ ਖੜ੍ਹੀ ਹੈ ਜੀ, ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ। ਪਿਛਲੀ ਵੀਡੀਓ ਦੇ ਵਿੱਚ ਆਪਾਂ ਕਲੀਅਰ ਸ਼ਰੀਫ ਦਰਗਾਹ ਜੀ ਦੇ ਦਰਸ਼ਨ ਕੀਤੇ ਸੀ, ਜੋ ਕਿ ਬਾਬਾ ਫਰੀਦ ਜੀ ਦੇ ਭਾਣਜੇ ਜੀ ਦੀ ਬਣਾਈ ਗਈ ਹੈ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਸਾਡੇ ਚੈਨਲ ਉੱਪਰ ਜਾ ਕੇ ਦੇਖ ਸਕਦੇ ਹੋ। ਉੱਪਰ ਵੀਡੀਓ ਦੇ ਆਈ ਬਟਨ 'ਤੇ ਤੁਸੀਂ ਵੀਡੀਓ ਦਾ ਲਿੰਕ ਲੈ ਸਕਦੇ ਹੋ, ਜਿੱਥੋਂ ਤੁਸੀਂ ਉਸ ਦਰਗਾਹ ਦੇ ਦਰਸ਼ਨ ਵੀ ਕਰ ਸਕਦੇ ਹੋ ਜੀ। ਜੇਕਰ ਤੁਸੀਂ ਅਹਿਮਦਾਬਾਦ ਦੀਆਂ ਹੋਰ ਇਤਿਹਾਸਿਕ ਇਮਾਰਤਾਂ ਅਤੇ ਅਹਿਮਦਾਬਾਦ ਦੇ ਕਾਈਟ ਫੈਸਟੀਵਲ ਨੂੰ ਦੇਖਣਾ ਚਾਹੁੰਦੇ ਹੋ ਤਾਂ ਉਸਦੀ ਵੀਡੀਓਜ਼ ਵੀ ਸਾਡੇ ਚੈਨਲ ਉੱਪਰ ਪਈਆਂ ਨੇ, ਤੁਸੀਂ ਉਹਨਾਂ ਨੂੰ ਜਾ ਕੇ ਵੀ ਦੇਖ ਸਕਦੇ ਹੋ ਜੀ। ਜਿਹੜਾ ਪੱਥਰ ਆ ਜੀ ਮੰਨਤ ਵਾਲਾ,
ਲੋਕ ਮੰਨਤ ਮੰਨ ਕੇ ਚੱਕਦੇ ਨੇ, ਉਹ ਇਸ ਜਗ੍ਹਾ ਦੇ ਉੱਤੇ ਪਿਆ ਆ। ਆ ਜਾਓ ਆਪਾਂ ਦੇਖਦੇ ਹਾਂ ਉਸ ਪੱਥਰ ਨੂੰ ਜੀ, ਦਰਸ਼ਨ ਕਰਦੇ ਹਾਂ ਅਤੇ ਚੱਕ ਕੇ ਦੇਖਦੇ ਹਾਂ ਆਪਾਂ ਵੀ ਉਸ ਪੱਥਰ ਨੂੰ ਵੀ ਚੱਕਿਆ ਜਾਂਦਾ ਆਪਣੇ ਤੋਂ ਕਿ ਨਹੀਂ। ਆਪਾਂ ਜੀ ਉਸ ਪੱਥਰ ਨੂੰ ਦੇਖ ਲਿਆ ਆ। ਜਿਹੜਾ ਉਹ ਪੱਥਰ ਆ ਜੀ, ਉਹ ਅੰਦਰਲੀ ਸਾਈਡ ਪੱਥਰ ਦਾ ਆ, ਉੱਪਰ ਲੱਕੜ ਆ, ਇੱਕ ਪਾਸੇ ਉਹਦੇ ਵਿੱਚ ਲੋਹਾ ਲੱਗਿਆ ਹੋਇਆ ਆ ਅਤੇ ਇੱਕ ਪਾਸੇ ਉਹਦੇ ਕੰਕਰ ਨੇ ਉਹਦੇ ਵਿੱਚ ਬਣੇ ਹੋਏ ਪੱਥਰ ਦੇ ਵਿੱਚ ਜੀ। ਅਤੇ ਜਿਹੜੀ ਕਈ ਬੰਦਿਆਂ ਤੋਂ ਮੇਰੇ ਸਾਹਮਣੇ ਹੋਇਆ ਵੀ ਕਈ ਬੰਦਿਆਂ ਤੋਂ ਚੱਕਿਆ ਨਹੀਂ ਗਿਆ ਉਹ, ਅਤੇ ਕਈਆਂ ਨੇ ਬੰਦਿਆਂ ਨੇ ਚੱਕ ਲਿਆ ਉਹ ਪੱਥਰ, ਅਤੇ ਆਪਣੇ ਤੋਂ ਵੀ ਚੱਕਿਆ ਗਿਆ ਪੱਥਰ ਉਹ। ਅਤੇ ਜਾਣੀ ਹਰ ਇੱਕ ਦੀ ਆਪੋ ਆਪਣੀ ਹੁੰਦੀ ਆ ਜੀ, ਸੋਚ ਹੁੰਦੀ ਆ, ਮਾਨਤਾ ਹੁੰਦੀ ਆ, ਅਤੇ ਉਸ ਹਿਸਾਬ ਨਾਲ ਚੱਲਦਾ ਆ ਸਿਸਟਮ, ਹਰ ਇੱਕ ਦਾ ਆਪੋ ਆਪਣਾ ਬਣਿਆ ਹੋਇਆ ਆ, ਹੈ ਨਾ। ਅਤੇ ਜਾਣੀ ਇਹ ਜਗ੍ਹਾ ਸੀਗੀ ਜੀ ਅਹਿਮਦਾਬਾਦ ਦੇ ਵਿੱਚ ਆ ਜੀ, ਇਹ ਬਣੀ ਹੋਈ ਆਪਾਂ ਦੇਖ ਚੱਲੇ। ਵੀਡੀਓ ਚੰਗੀ ਲੱਗਦੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ, ਬਣੇ ਰਹੋ ਸਾਡੇ ਨਾਲ ਜੀ ਪੂਰੀ ਵੀਡੀਓ ਦੇ ਐਂਡ ਤੱਕ ਜੀ। ਇਹ ਆ ਜੀ ਕਬਰਿਸਤਾਨ, ਮੁਸਲਿਮ ਕਬਰਿਸਤਾਨ ਇਸ ਦਰਗਾਹ ਦੇ ਅੰਦਰ ਬਣਿਆ ਹੋਇਆ, ਤੁਸੀਂ ਦੇਖ ਸਕਦੇ ਹੋ। ਦਰਗਾਹ ਦੀ ਇੱਕ ਸਾਈਡ 'ਤੇ ਜੀ ਮਸਜਿਦ ਵੀ ਬਣੀ ਹੋਈ ਹੈ ਅਤੇ ਨਾਲ ਹੀ ਵਜ਼ੂ ਕਰਨ ਦੇ ਲਈ ਜਗ੍ਹਾ ਵੀ ਬਣਾਈ ਗਈ ਹੈ, ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕ ਵਜ਼ੂ ਕਰਦੇ ਨੇ, ਪਰ ਇੱਥੇ ਬੱਚਿਆਂ ਅਤੇ ਔਰਤਾਂ ਨੂੰ ਵਜ਼ੂ ਕਰਨ ਦੀ ਇਜਾਜ਼ਤ ਨਹੀਂ ਹੈਗੀ ਜੀ। ਇਸ ਮਸਜਿਦ ਦੇ ਵਿੱਚ ਇਸ ਇਲਾਕੇ ਦੇ ਮੁਸਲਿਮ ਭਾਈਚਾਰੇ ਦੇ ਲੋਕ ਆਉਂਦੇ ਨੇ ਅਤੇ ਨਮਾਜ਼ ਅਦਾ ਕਰਦੇ ਨੇ। ਆਪਾਂ ਸਭ ਨੇ ਮਿਲ ਕੇ ਕੁਤਬ ਏ ਆਲਮ ਦਰਗਾਹ ਦੇ ਦਰਸ਼ਨ ਕਰ ਲਏ ਹਨ ਜੀ, ਅਤੇ ਉਸ ਪੱਥਰ ਦੇ ਵੀ ਦਰਸ਼ਨ ਕਰ ਲਏ ਹਨ ਜਿਸ ਨੂੰ ਮੰਨਤ ਵਾਲਾ ਪੱਥਰ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜਮਸ਼ੇਦ ਬਬਲੂ ਜੀ ਦੇ ਘਰ, ਉਹਨਾਂ ਦੇ ਘਰ ਆਪਾਂ ਡਿਨਰ ਕਰਾਂਗੇ ਕਿਉਂਕਿ ਉਹਨਾਂ ਨੇ ਆਪਾਂ ਨੂੰ ਇਨਵਾਈਟ ਕੀਤਾ ਹੈ, ਅਤੇ ਅਹਿਮਦਾਬਾਦ ਦੇ ਕਾਇਟ ਫੈਸਟੀਵਲ 2024 ਵਿੱਚ ਵੀ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ, ਅਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਆਪਣੇ ਵਤਨ ਪੰਜਾਬ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ। ਇਸ ਦਰਗਾਹ ਦੇ ਨਾ ਆਲੇ ਦੁਆਲੇ ਜਿੰਨੀ ਵੀ ਆਬਾਦੀ ਆ, ਮੁਸਲਿਮ ਭਾਈਚਾਰੇ ਦੀ ਆਬਾਦੀ ਆ, ਜ਼ਿਆਦਾਤਰ ਇਹਨਾਂ ਦੇ ਘਰ ਹੀ ਨੇ ਇਸ ਜਗ੍ਹਾ ਦੇ ਉੱਤੇ ਬਣੇ ਹੋਏ ਜੀ।
ਸਵੇਰ ਦੀ ਸਤਿ ਸ਼੍ਰੀ ਅਕਾਲ ਜੀ। ਆਪਾਂ ਹੁਣ ਪਹੁੰਚੇ ਹਾਂ ਸਾਬਰਮਤੀ ਰੇਲਵੇ ਸਟੇਸ਼ਨ, ਬੀਜੀ ਵੀ ਕਹਿੰਦੇ ਆ ਸਾਬਰਮਤੀ ਬੀਜੀ ਇਹਨੂੰ, ਇਹਦੇ ਉੱਤੇ ਪਹੁੰਚੇ ਹਾਂ ਅਤੇ ਆਪਾਂ ਜਾ ਰਹੇ ਹਾਂ ਵਾਪਸ ਅੱਜ ਪੰਜਾਬ ਨੂੰ ਜੀ। ਇਹ ਹੈ ਜੀ ਸਾਬਰਮਤੀ ਬੀਜੀ ਰੇਲਵੇ ਸਟੇਸ਼ਨ, ਇੱਥੋਂ ਟ੍ਰੇਨ ਆ ਆਪਣੀ ਅੱਜ ਅੰਬਾਲੇ ਤੱਕ ਅਤੇ ਵਾਪਸ ਜਾ ਰਹੇ ਹਾਂ ਆਪਾਂ ਪੰਜਾਬ ਨੂੰ ਜੀ। ਆ ਜਾਓ ਆਪਾਂ ਚੱਲਦੇ ਹਾਂ ਹੁਣ ਸਾਬਰਮਤੀ ਰੇਲਵੇ ਸਟੇਸ਼ਨ ਦੇ ਅੰਦਰ ਨੂੰ, ਦੇਖਦੇ ਹਾਂ ਥੋੜ੍ਹਾ ਜਿਹਾ ਇਹਨੂੰ ਬੀਜੀ ਅੰਦਰ ਤੋਂ। ਹੁਣ ਆਪਾਂ ਦੇਖ ਸਕਦੇ ਹਾਂ ਜੀ ਸਾਬਰਮਤੀ ਰੇਲਵੇ ਸਟੇਸ਼ਨ ਦਾ ਫੁੱਲ ਮੈਪ, ਜੋ ਕਿ ਰੀਡਿਵੈਲਪਮੈਂਟ ਤੋਂ ਬਾਅਦ ਇੱਦਾਂ ਦਾ ਰੇਲਵੇ ਸਟੇਸ਼ਨ ਦਿਖਾਈ ਦੇਵੇਗਾ। ਇਸ ਦੇ ਵਿੱਚ ਮੋਦੀ ਜੀ ਦੀਆਂ ਬਹੁਤ ਸਾਰੀਆਂ ਪਿਕਚਰਸ ਲਗਾਈਆਂ ਗਈਆਂ ਨੇ ਅਤੇ ਬਹੁਤ ਹੀ ਵੱਡਾ ਇਹ ਜਿਹੜਾ ਰੇਲਵੇ ਸਟੇਸ਼ਨ ਬਣਿਆ ਹੋਇਆ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ ਜੀ। ਮੋਦੀ ਜੀ ਦੀ ਪਿਕਚਰ ਲਗਾਈ ਹੋਈ ਹੈ ਸਮਰੱਥ ਭਾਰਤ ਬਣਾਉਣ ਦੇ ਲਈ, ਅਤੇ ਇਸ ਜਗ੍ਹਾ ਉੱਪਰ ਗਾਂਧੀ ਜੀ ਦਾ ਸਟੈਚੂ ਵੀ ਤੁਸੀਂ ਦੇਖ ਸਕਦੇ ਹੋ ਲਗਾਇਆ ਹੋਇਆ, ਜੋ ਕਿ ਬਹੁਤ ਸੋਹਣਾ, ਚਰਖੀ ਦੇ ਨਾਲ ਗਾਂਧੀ ਜੀ ਬੈਠੇ ਨੇ, ਬਹੁਤ ਸੋਹਣਾ ਇਹ ਸਟੈਚੂ ਲਗਾਇਆ ਹੋਇਆ ਇਸ ਸਾਬਰਮਤੀ ਰੇਲਵੇ ਸਟੇਸ਼ਨ ਅਹਿਮਦਾਬਾਦ ਦੇ ਵਿੱਚ ਜੀ। ਪਲੇਟਫਾਰਮ 2 ਤੋਂ ਆਪਣੀ ਟ੍ਰੇਨ ਜੀ, ਇਸ ਜਗ੍ਹਾ ਆ ਕੇ ਲੱਗਣੀ ਆ ਟ੍ਰੇਨ, ਚੰਡੀਗੜ੍ਹ ਨੂੰ ਚੱਲਦੀ ਆ ਇਹ। ਚੱਲਾਂਗੇ ਅੱਜ ਆਪਾਂ ਇਹਦੇ ਵਿੱਚ ਬੈਠ ਕੇ ਆਪਣੇ ਸੋਹਣੇ ਵਤਨ ਪੰਜਾਬ ਨੂੰ ਵਾਪਸੀ ਕਰਾਂਗੇ ਜੀ। ਇਹ ਲੱਗ ਚੁੱਕੀ ਆ ਆਪਣੀ ਟ੍ਰੇਨ ਜੀ, ਅਤੇ ਆਪਾਂ ਬੈਠਦੇ ਹਾਂ ਟ੍ਰੇਨ ਦੇ ਵਿੱਚ ਜੀ, ਚੱਲਦੇ ਹਾਂ ਫਿਰ ਜੀ, ਬਾਏ ਬਾਏ ਕਹਿੰਦੇ ਆਪਾਂ ਅਹਿਮਦਾਬਾਦ ਨੂੰ। ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ, ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ ਜੀ। Just be done.